ਅਸੀਂ ਕਾਫੀ ਟਾਈਮ ਦੇਖਦੇ ਹਾਂ ਕਿ ਜਦੋਂ ਵੀ ਅਸੀਂ ਸਪੀਕਿੰਗ ਦਾ ਆਨਸਰ ਕਰਦੇ ਹਾਂ ਤਾਂ ਸਾਡੇ ਫੇਸ ਤੇ ਹਮੇਸ਼ਾ ਇਹ ਚੀਜ਼ ਹੁੰਦੀ ਆ ਵੈਲ ਸੋ ਅੱਜ ਦੇ ਇਸ ਸ਼ਾਰਟਸ ਦੇ ਵਿੱਚ ਤੁਸੀਂ ਜਾਣੋਗੇ ਕਿ ਵੈਲ ਗੋ ਟੂ ਹੈਲ ਉਹਦੇ ਲਈ ਤੁਹਾਡੇ ਕੋਲ ਇੱਥੇ ਵਰਡਸ ਰਹਿਣਗੇ ਵੈਲ ਦੇ ਲਈ ਤੁਸੀਂ ਬੋਲ ਸਕਦੇ ਹੋ ਯੈਸ ਇਨਡੀਡ ਇਨਡੀਡ ਦਾ ਮਤਲਬ ਹੁੰਦਾ ਸੱਚਮੁੱਚ ਆਬਵੀਅਸਲੀ ਅਪੇਰੈਂਟਲੀ ਯੈਸ ਔਰ ਨੋ ਅਗਰ ਤੁਸੀਂ ਸ਼ੋਰ ਨਹੀਂ ਹੋ ਕਿਸੇ ਚੀਜ਼ ਨੂੰ ਲੈ ਕੇ ਯੂ ਕੈਨ ਯੂਜ਼ ਅਪੇਰੈਂਟਲੀ ਯੈਸ ਆਈ ਕੈਨ ਸੇ ਐਜ਼ ਫਰ ਐਜ਼ ਆਈ ਨੋ ਇੱਕ ਈਡੀਅਮ ਹੁੰਦਾ ਜਿਹਦਾ ਮਤਲਬ ਹੁੰਦਾ ਜਿੰਨਾ ਕੁ ਮੈਨੂੰ ਪਤਾ ਹੈ ਡੈਫੀਨੇਟਲੀ ਅਕੋਰਡਿੰਗ ਟੂ ਮਾਈ ਪ੍ਰਸਪੈਕਟਿਵ ਪ੍ਰਸਪੈਕਟਿਵ ਮੀਨਸ ਵਿਊ ਪੁਆਇੰਟ ਐਕਚੁਅਲੀ ਸੋ ਇਹ ਸਾਰੇ ਵਰਡਸ ਆ ਜਿਹੜੇ ਤੁਸੀਂ ਐਜ਼ ਆ ਇਨੀਸ਼ੀਏਟਰ ਯੂਜ਼ ਕਰ ਸਕਦੇ ਹੋ ਸਪੀਕਿੰਗ ਦੇ ਵਿੱਚ ਔਨ ਦੀ ਪਲੇਸ ਆਫ ਵੈਲ ਫੋਰ ਮੋਰ ਇਨਫੋਰਮੇਸ਼ਨ ਯੂ ਕੈਨ ਸਬਸਕ੍ਰਾਈਬ ਮਾਈ ਯੂਟਿਊਬ ਚੈਨਲ ਸਵਨ ਆਇਲਸ ਥੈਂਕ ਯੂ